ईश्वर का द्वार, धर्म का द्वार, मोक्ष द्वार संकीर्ण है, सूक्ष्म है। परिपूर्ण परमात्मा ने निभा दी सभी सानू पूरा
ਕਰ ਦਿੱਤਾ, ਹਰ ਗੱਲ ਸਾਡੀ ਪੂਰੀ ਕਰ ਦਿੱਤੀ। ਹਾਂਜੀ, ਹੁਣ ਕਿਸੇ ਵੀ ਪੱਖ ਤੋਂ ਅਸੀਂ ਅਧੂਰੇ ਨਹੀਂ ਰਹਿ ਗਏ, ਕਿਉਂਕਿ ਉਹ ਪੂਰਾ ਹੈ, ਉਹਦੇ ਨਾਲ ਜੁੜ ਕੇ ਪੂਰੇ ਹੋ ਗਏ, ਉਸਨੇ ਸਭ ਕੁਝ ਪੂਰਾ ਕਰ ਦਿੱਤਾ। ਗੁਰ ਚਰਨ ਲਾਏ ਵਿਸਤਾਰੇ, ਗੁਰੂ ਦੇ ਚਰਨਾਂ ਨਾਲ ਜੁੜ ਕੇ ਇਸ ਗੱਲ ਦੀ ਸਮਝ ਆ ਗਈ ਕਿ ਅਧੂਰੇਪਣ ਤੋਂ ਬਾਹਰ ਹੋ ਗਏ, ਅਸੀਂ ਸੰਪੂਰਨ ਹੋ ਗਏ, ਮੁਕੰਮਲ ਹੋ ਗਏ। ਹਰ ਹਰ ਨਾਮ ਸੁਨਾਰੇ, ਉਹ ਹਰੀ ਜੋ ਸੰਪੂਰਨ ਹੈ, ਮੁਕੰਮਲ ਹੈ, ਉਹਦੇ ਨਾਮ ਨੂੰ ਚਿੰਤਨ ਕਰਕੇ, ਯਾਦ ਕਰਕੇ, ਸੰਭਾਲ ਕੇ ਕਿਸ ਤਰ੍ਹਾਂ ਦੀ ਪੂਰਨਤਾ ਸਾਡੇ ਪੱਲੇ ਪੈ ਗਈ, ਸਾਡੀ ਚੌੜੀ ਚ ਪੈ ਗਈ। ਆਪਣੇ ਦਾਸ ਦਾ ਸਦਾ ਰਖਵਾਲਾ, ਜਿਹੜਾ ਉਸਦਾ ਦਾਸ ਬਣ ਜਾਂਦਾ ਹੈ, ਉਸਦਾ ਰਖਵਾਲਾ ਹੋ ਜਾਂਦਾ। ਰਖਵਾਲਾ ਤੇ ਚੌਕੀਦਾਰ ਹੁੰਦਾ ਹੈ, ਸਕਿਉਰਟੀ ਗਾਰਡ ਹੁੰਦਾ ਹੈ, ਪਰਮਾਤਮਾ ਉਸਦਾ ਸਕਿਉਰਟੀ ਗਾਰਡ ਬਣ ਜਾਂਦਾ, ਉਹਦਾ ਰਖਵਾਲਾ ਬਣ ਜਾਂਦਾ ਹੈ, ਉਹਦਾ ਗੁਲਾਮ ਬਣ ਜਾਂਦਾ ਹੈ। ਕਿਹਦਾ? ਜਿਹੜਾ ਉਸਦਾ ਗੁਲਾਮ ਬਣਦਾ, ਜਿਹੜਾ ਉਸਦਾ ਦਾਸ ਬਣਦਾ ਹੈ, ਪਰਮਾਤਮਾ ਉਹਦਾ ਦਾਸ ਬਣਦਾ, ਜਿਹੜਾ ਉਹਦੀ ਸ਼ਰਨ ਪਕੜ ਲੈਂਦਾ ਹੈ, ਪਰਮਾਤਮਾ ਫਿਰ ਉਸਦਾ ਰਖਵਾਲਾ ਬਣ ਜਾਂਦਾ, ਉਹਦਾ ਪੂਰਾ ਧਿਆਨ ਰੱਖਦਾ ਹੈ। ਐਸਾ ਪਰਿਪੂਰਨ ਪਰਮਾਤਮਾ ਰਖਵਾਲਾ ਬਣਿਆ, ਪ੍ਰਤਪਾਲਕ ਬਣਿਆ। ਆਪਣੇ ਘਰ ਰੱਖੇ ਬੱਚੇ ਦੀ ਪਾਲਣਾ ਕਰਦੇ ਨੇ, ਰੱਖਿਆ ਕਰਦੇ ਨੇ, ਗੱਲ ਨਾਲ ਲਾਉਂਦੇ ਨੇ, ਇਸ ਤਰ੍ਹਾਂ ਪਰਮਾਤਮਾ ਆਪਣੇ ਸੇਵਕਾਂ ਨੂੰ ਗੱਲ ਨਾਲ ਲਾ ਕੇ ਰੱਖਦਾ ਹੈ, ਪ੍ਰਤਪਾਲਣਾ ਕਰਦਾ ਹੈ, ਰਖਵਾਲੀ ਕਰਦਾ। ਵੱਡਿਆਂ ਭਾਗਾਂ ਅਨੁਸਾਰ ਸਤਿਗੁਰ ਦਾ ਮਿਲਾਪ ਹੋਇਆ, ਪੂਰੇ ਗੁਰਦੇਵ ਦਾ ਮਿਲਾਪ ਹੋਇਆ। ਜਿਸਨੇ ਬਾਰ ਬਾਰ ਜਨਮਾਂ ਦਾ ਇਹ ਪੰਥ ਸੀ, ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਭ, ਜਮਣਾ ਮਰਨਾ, ਜਮਣਾ ਮਰਨਾ, ਜਮਣਾ ਮਰਨਾ, ਇਹ ਮਿਟਾ ਹੀ ਦਿੱਤਾ, ਸਾਨੂੰ ਆਪਣੇ ਘਰ ਪਹੁੰਚਾ ਦਿੱਤਾ ਹੈ, ਪ੍ਰਭੂ ਵਿੱਚ ਲੀਨ ਕਰ ਦਿੱਤਾ। ਭਾਵਨਾ ਪ੍ਰਭੂ ਦੀ ਪੈਦਾ ਹੋ ਗਈ ਹੈ, ਚਿੱਤ ਭਗਤੀ ਚ ਲੱਗ ਗਿਆ, ਪਰਮਾਤਮਾ ਵਿੱਚ ਲੱਗ ਗਿਆ। ਭਾਵਨਾ ਦੋ ਅਵਸਥਾਵਾਂ ਕਰਕੇ ਬਣਦੀ, ਵਿਸ਼ਵਾਸ ਕਰਕੇ ਤੇ ਪ੍ਰੇਮ। ਮੈਨੂੰ ਇਸ ਤੇ ਭਰੋਸਾ ਵੀ ਹੈ, ਮੈਨੂੰ ਇਸ ਨਾਲ ਪ੍ਰੇਮ ਵੀ ਹੈ, ਦੋਹਾਂ ਦੇ ਸੰਗਮ ਤੋਂ ਜੋ ਅਵਸਥਾ ਬਣਦੀ ਹੈ, ਭਾਵ ਭਾਵਨਾ। ਭਰੋਸਾ ਹੈ ਇਸ ਤੇ, ਯਕੀਨ ਹੈ, ਕਾਬਲੇ ਇਤਬਾਰ ਬੰਦਾ ਹੈ, ਪਰ ਇਹਦੇ ਨਾਲ ਕੋਈ ਪ੍ਰੇਮ ਦਾ ਸੰਬੰਧ ਨਹੀਂ। ਪ੍ਰੇਮ ਤੇ ਬੜਾ ਹੈ ਇਸ ਮਾਸੂਮ ਬੱਚੇ ਨਾਲ, ਆਪਣੇ ਬੱਚੇ ਨਾਲ ਪ੍ਰੇਮ ਤੇ ਬੜਾ ਹੈ, ਪਰ ਕੀ ਗਲੀਏ, ਹਰ ਗੱਲ ਤੇ ਭਰੋਸਾ ਨਹੀਂ ਕਰ ਸਕਦੇ, ਗਿਆਨ ਹੈ ਨਾਦਾਨ। ਪ੍ਰੇਮ ਹੈ, ਇਹਦੀ ਹਰ ਗੱਲ ਤੇ ਭਰੋਸਾ ਨਹੀਂ ਕਰ ਸਕਦੇ। ਭਰੋਸਾ ਤੇ ਹੈ, ਕਾਬਲੇ ਐਤਬਾਰ ਬੰਦਾ ਹੈ, ਭਰੋਸੇ ਹੀ ਹੋ ਗਏ, ਪਰ ਉਸ ਨਾਲ ਕੋਈ ਪ੍ਰੇਮ ਨਹੀਂ ਹੈ। ਪ੍ਰੇਮ ਤੇ ਭਰੋਸੇ ਦਾ ਜਿੱਥੇ ਸੰਗਮ ਬਣਦਾ ਹੈ, ਉਸ ਤੋਂ ਜਿਹੜੀ ਅਵਸਥਾ ਬਣਦੀ ਹੈ, ਉਹਨੂੰ ਭਾਵਨਾ ਕਹਿੰਦੇ ਨੇ। ਤੋ ਮਹਾਰਾਜ ਇੱਥੇ ਕਹਿੰਦੇ ਨੇ, ਭਾਵਨਾ ਕਰਕੇ ਉਸਦੀ ਆਰਾਧਨਾ ਕੀਤੀ ਹੈ, ਚਿੱਤ ਪ੍ਰਭੂ ਦੇ ਚ ਜੁੜਿਆ, ਉਸ ਪਰਮਾਤਮਾ ਚ ਜੁੜਿਆ। ਹਾਂਜੀ, ਇਸ ਤਰ੍ਹਾਂ ਜਿਹੜੇ ਵਡਭਾਗੀ ਨੇ, ਆਪਣਾ ਚਿੱਤ ਪ੍ਰਭੂ ਨਾਲ ਜੋੜ ਕੇ ਜੀਵਦੇ ਨੇ, ਆਨੰਦ ਮਾਣਦੇ ਨੇ, ਅਮਰ ਜ਼ਿੰਦਗੀ ਹਾਸਲ ਕਰਦੇ ਨੇ। ਉਹ ਅੰਮ੍ਰਿਤਮਈ ਬਾਣੀ ਜੋ ਪਰਿਪੂਰਨ ਪਰਮਾਤਮਾ ਦੀ, ਐਸੇ ਸੰਤ ਜਾਨ ਉਸੇ ਦਾ ਹੀ ਗਾਇਨ ਕਰਦੇ ਨੇ, ਭਾਵਨਾ ਨਾਲ ਵਿਜੇ ਹੋਏ ਉਸੇ ਦਾ ਹੀ ਗਾਇਨ ਕਰਦੇ। ਜੋ ਸਾਧਨਾ ਕਰਦੇ ਨੇ, ਇੱਕ ਸਾਧਨਾ ਕਰ ਕਰਕੇ ਆਪਣੇ ਹਿਰਦੇ ਨੂੰ ਸ਼ੁੱਧ ਕਰਦੇ ਨੇ, ਉਹਨਾਂ ਦੀ ਧੂੜੀ ਦਾ ਇਸ਼ਨਾਨ ਕਰਦੇ ਨੇ, ਉਹਨਾਂ ਦੀ ਚਰਨ ਧੂੜੀ ਨੂੰ ਮਸਤਕ ਤੇ ਲਾਉਂਦੇ ਨੇ। ਆਪਣਾ ਨਾਮ ਆਪੇ ਦੀਆ, ਪਰਮਾਤਮਾ ਨੇ ਆਪਣਾ ਨਾਮ, ਆਪਣੇ ਹਸਤੀ ਦਾ ਬੋਧ, ਆਪਣੀ ਸਮਰਥਾ ਦਾ ਗਿਆਨ ਉਸਨੇ ਆਪ ਹੀ ਦਿੱਤਾ ਹੈ। ਜੈਸੇ ਸਾਰਾ ਚਾਨਣਾ ਸੂਰਜ ਤੋਂ ਆ ਰਿਹਾ ਹੈ, ਗਿਆਨ ਸਾਰਾ ਹੀ ਪਰਮਾਤਮਾ ਤੋਂ ਆਉਂਦਾ ਹੈ। ਸਿਰਫ ਅੱਖਾਂ ਖੋਲੀਏ ਤੇ ਚਾਨਣਾ ਹੀ ਚਾਨਣਾ ਹੈ ਸੂਰਜ ਦਾ, ਸਿਰਫ ਅੰਦਰ ਭਾਵਨਾ ਹੋਵੇ ਤਾਂ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ, ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਵਕਤ ਸੂਰਜ ਰੋਸ਼ਨੀ ਦੇ ਰਿਹਾ ਹੈ, ਹਰ ਵਕਤ ਪਰਮਾਤਮਾ ਤੋਂ ਗਿਆਨ ਆ ਰਿਹਾ ਹੈ, ਤੇ ਜੇ ਗਿਆਨ ਦੀ ਪ੍ਰਾਪਤੀ ਨਹੀਂ ਹੋ ਰਹੀ, ਤੇ ਅਜੇ ਪਰਮਾਤਮਾ ਦੇ ਪ੍ਰਤੀ ਅੱਖਾਂ ਨਹੀਂ ਖੁੱਲੀਆਂ, ਅਜੇ ਸੂਰਜ ਦੇ ਪ੍ਰਤੀ ਅੱਖਾਂ ਖੁੱਲੀਆਂ ਨੇ।
ਜੈਸੇ ਪਰਮਾਤਮਾ ਦੇ ਪ੍ਰਤੀ ਅਸੀਂ ਸੁਚੇਤ ਹੁੰਦੇ ਹਾਂ, ਹਿਰਦਾ ਅਨੁਭਵੀ ਗਿਆਨ ਦੇ ਨਾਲ ਜੋ ਹੈ ਬਲ ਜਾਂਦਾ ਹੈ। ਤੋ ਇਸ ਤਰ੍ਹਾਂ ਸਤਿਗੁਰ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਉਸਨੂੰ ਸੂਝ ਸਮਝ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਪਰਮਾਤਮਾ ਨਾਲ ਜੁੜਦਾ। ਹਾਂਜੀ, ਉਹ ਜੋ ਕਰਤਾ ਹੈ ਤੇ ਕਰਨ ਹਾਰ ਹੈ ਉਹ ਰਖਵਾਲਾ ਬਣ ਗਿਆ, ਉਸਨੇ ਸਾਨੂੰ ਰੱਖ ਲਿਆ, ਉਹਨੇ ਸੜੀ ਰੱਖਿਆ ਕਰ ਲਈ। ਹਾਂਜੀ, ਹੁਣ ਸਾਡੇ ਪ੍ਰਾਣਾਂ ਦਾ ਜਿਹੜਾ ਆਧਾਰ ਹੈ ਉਹ ਪਰਮਾਤਮਾ ਹੈ, ਈਸ਼ਵਰ ਹੈ, ਉਸਦੇ ਦਰਸ਼ਨ ਹੀ ਸਾਡੀ ਜਿੰਦ ਤੇ ਜਾਨ ਹੈ। ਇਹੀ ਸਭ ਤੋਂ ਨਿਰਮਲ ਵਿਚਾਰ ਹੈ, ਇਹੀ ਉੱਤਮ ਵਿਚਾਰ ਹੈ ਕਿ ਪਰਮਾਤਮਾ ਹੀ ਪ੍ਰਾਣਾਂ ਦਾ ਆਧਾਰ ਹੈ। ਇਹ ਅੰਦਰ ਦੀ ਜਾਣਨ ਵਾਲੇ ਪ੍ਰਭੂ ਕਿਰਪਾ ਕਰ, ਰਹਿਮਤ ਕਰ, ਬਖਸ਼ਿਸ਼ ਕਰ। ਦਾਸ ਨਾਨਕ ਤੇਰੀ ਸ਼ਰਨ ਵਿੱਚ ਹੈ, ਤੇਰੇ ਕਦਮਾਂ ਵਿੱਚ ਹੈ, ਬਖਸ਼ਿਸ਼ ਕਰ, ਰਹਿਮਤ ਕਰ, ਆਪਣੇ ਕਦਮਾਂ ਨਾਲ ਆਪਣੇ ਚਰਨਾਂ ਨਾਲ ਜੋੜੀ ਰੱਖ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।